ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਅਤੇ ਫੇਸਬੁੱਕ ਪੇਜ 'ਤੇ ਸਵਾਗਤ ਹੈ ਜੀ। ਅੱਜ ਆ ਵੀਡੀਓ ਲੈ ਕੇ ਆਏ ਹਾਂ ਪਟਿਆਲਾ ਸ਼ਾਹੀ ਪੱਗ, ਜਿਹਦੇ 'ਚ ਹੈਗੇ ਆ 5.5 ਮੀਟਰ, ਅਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੇਲ ਵਰਤਿਆ, ਜਿਹੜਾ ਕਿ ਆਪਾਂ ਨੇ ਪਹਿਲਾ ਲੜ ਲਾਉਣਾ। ਪਹਿਲਾ ਲੜ ਨੂੰ ਸਿਰ ਦੇ ਹੈਂਡ ਤੋਂ ਲਿਆ ਕੇ ਪੂਣੇ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਅਤੇ ਮੱਧ ਪਾਸਾ ਉੱਤੇ ਰੱਖ ਕੇ ਇੱਕ ਗਾਈਸ ਲੜ ਨੂੰ ਜਿਹੜਾ ਥੱਲੇ ਹੋਲਡ ਕਰਕੇ ਚੰਗੀ ਤਰ੍ਹਾਂ ਮਿਟਾਈ ਵਿੱਚ ਹਲਕਾ ਜਿਹਾ ਕਰਕੇ ਬੈਕ ਤੱਕ ਆਪਾਂ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਲਗਾ ਦੇਣਾ। ਜਿਹੜਾ ਕਿ ਆਪਾਂ ਨੇ ਅਗਲਾ ਲੜ ਲਾਉਣਾ, ਅਗਲਾ ਲੜ ਦਾ ਜਿਹੜਾ ਪੂਣੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਅਤੇ ਇੱਕ ਵਾਰ ਇਸ ਲੜ ਨੂੰ ਜਿਹੜਾ ਡਬਲ ਅਪ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਜਿਹੜਾ ਸਲੜ ਨੂੰ ਆਪਾਂ ਨੇ ਡਬਲ ਫੋਲਡ ਕਰਕੇ ਜਿਹੜਾ ਇਸ ਲੜ ਨੂੰ ਲਗਾ ਦੇਣਾ। ਅਤੇ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਲੜ ਦੀ ਸਫਾਈ ਉਹ ਆਪਾਂ ਨੇ ਚੰਗੀ ਤਰ੍ਹਾਂ ਕਰ ਲੈਣੀ। ਅਤੇ ਜਿਹੜਾ ਉਤਲੇ ਪੇਜ ਦੇ ਵਿੱਚ ਵੀ ਜਿਹੜਾ ਹਲਕਾ ਹੈ ਬਾਜ ਫੇਰ ਕੇ ਉਸਦੀ ਜਿਹੜੀ ਸਫਾਈ ਉਹ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ। ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਆਪਾਂ ਨੇ ਬੈਕ ਤੱਕ ਪ੍ਰੋਪਰਲੀ ਆਪਾਂ ਇਸ ਲੜ ਨੂੰ ਜਿਹੜਾ ਸਾਫ਼ ਉਹ ਕਰ ਲੈਣਾ। ਅਤੇ ਆਪਾਂ ਜਿਹੜਾ ਵੀ ਅਗਲਾ ਲੜ ਲਗਾਉਣਾ, ਅਗਲਾ ਲੜ ਵੀ ਉਸੇ ਤਰ੍ਹਾਂ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ। ਪੂਣੇ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਇੱਕ ਵਾਰ ਬੈਕ ਤੋਂ ਮਿੰਚ ਕਰਕੇ ਇੱਕ ਵਾਰ ਜਿੱਥੋਂ ਆਪਾਂ ਨੇ ਦੂਸਰਾ ਲੜ ਜਿਹੜਾ ਫੋਲਡ ਕੀਤਾ ਜੀ, ਉੱਥੋਂ ਇਸ ਲੜ ਨੂੰ ਇੱਕ ਵਾਰ ਫੋਲਡ ਕਰਕੇ ਇੱਕ ਵਾਰ ਹਲਕਾ ਇਸ ਲੜ ਥੱਲੇ ਨੂੰ ਖਿੱਚ ਕੇ ਉੱਤੋਂ ਜਿਹੜਾ ਆਪਾਂ ਨੇ ਪ੍ਰੋਪਰ ਜਿਹੜਾ ਫੋਲਡ ਉਹ ਕਰ ਲੈਣਾ। ਉੱਤੋਂ ਫੋਲਡ ਕਰਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜਾ ਆਪਾਂ ਨੇ ਇਸ ਲੜ ਨੂੰ ਡਬਲ ਜਿਹੜਾ ਫੋਲਡ ਉਹ ਕਰ ਦੇਣਾ। ਡਬਲ ਫੋਲਡ ਕਰਨ ਤੋਂ ਬਾਅਦ ਹਲਕਾ ਇਸ ਲੜ ਨੂੰ ਖੋਲ੍ਹ ਕੇ ਜਿਹੜਾ ਜਿਹੜਾ ਬੈਕ ਤੱਕ ਇਹਨਾਂ ਨੂੰ ਸਾਫ਼ ਆਪਾਂ ਨੇ ਕਰ ਲੈਣਾ। ਸਾਫ਼ ਕਰਨ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਇਸ ਲੜ ਦੀ ਸਫਾਈ ਉਹ ਆਪਾਂ ਨੇ ਚੰਗੀ ਤਰ੍ਹਾਂ ਕਰ ਲੈਣੀ। ਬੈਕ ਤੱਕ ਆਪਾਂ ਨੇ ਪ੍ਰੋਪਰ ਇਸ ਲੜ ਦੀ ਜਿਹੜੀ ਸਫਾਈ ਉਹ ਆਪਾਂ ਨੇ ਕਰਨੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਇਸ ਲੜ ਦੇ ਵਿੱਚ ਬੈਕ ਤੱਕ ਆਪਾਂ ਵਾਲਾ ਬਾਜ ਇਸ ਲੜ ਦੇ ਵਿੱਚ ਜਿਹੜਾ ਆਪਾਂ ਬੈਕ ਤੱਕ ਆਪਾਂ ਜਿਹੜਾ ਬਾਜ ਆ ਉਹ ਫੇਰ ਕੇ ਇਸ ਲੜ ਦੀ ਜਿਹੜੀ ਸਫਾਈ ਕਰਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਲਗਾ ਦੇਣਾ। ਅਤੇ ਆਪਾਂ ਨੇ ਇਹਨਾਂ ਲੜਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ, ਕਿਸੇ ਲੜ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਨੇ ਵੱਧ ਘੱਟ ਨਹੀਂ ਰੱਖਣਾ। ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ, ਅਗਲਾ ਲੜ ਵੀ ਉਸੇ ਤਰ੍ਹਾਂ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਵਾਲੇ ਲੜ ਨੇ ਜਿਹੜੇ ਉਹ ਲਗਾਏ ਹਨ। ਪੂਣੇ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇੱਕ ਵਾਰ ਇਸ ਲੜ ਨੂੰ ਹਲਕਾ ਖੋਲ੍ਹ ਕੇ ਨੱਕ ਦੀ ਸ਼ੇਦ ਦੇ ਵਿੱਚ ਇੱਕ ਵਾਰ ਇਸ ਲੜ ਨੂੰ ਜਿਹੜਾ ਅਗਰ ਫੋਲਡ ਕਰਕੇ ਹਲਕਾ ਖਿੱਚ ਕੇ ਅਗਰ ਉੱਤੋਂ ਜਿਹੜਾ ਇਸ ਲੜ ਨੂੰ ਜਿਹੜਾ ਫੋਲਡ ਆਪਾਂ ਨੇ ਕਰ ਦੇਣਾ। ਉੱਤੋਂ ਫੋਲਡ ਕਰਨ ਤੋਂ ਬਾਅਦ ਫਿਰ ਤੋਂ ਇੱਕ ਵਾਰ ਜਿਹੜਾ ਡਬਲ ਫੋਲਡ ਕਰਕੇ ਅਗਰ ਫਿਰ ਤੋਂ ਉੱਤੋਂ ਜਿਹੜਾ ਇਸ ਲੜ ਨੂੰ ਫੋਲਡ ਕਰਕੇ ਹੁਣ ਬੈਕ ਤੱਕ ਜਿਹੜਾ ਆਪਾਂ ਨੇ ਸਾਫ਼ ਕਰਕੇ ਜਿਹੜਾ ਇਸ ਲੜ ਨੂੰ ਲਗਾ ਦੇਣਾ। ਅਤੇ ਹੁਣ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਇਸ ਲੜ ਦੀ ਸਫਾਈ ਉਹ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ। ਰਾਸ਼ ਲੜ ਦੀ ਜਿਹੜੀ ਸਫਾਈ ਆ ਬੈਕ ਤੱਕ ਆਪਾਂ ਜਿਹੜੀ ਕਰ ਲੈਣੀ। ਜਿਹੜੇ ਵੀਰਾਂ ਨੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤੁਹਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਨਾ। ਜਿਹੜਾ ਕਿ ਆਪਾਂ ਨੇ ਪੰਜਵਾਂ ਲੜ ਲਗਾਉਣਾ, ਪੰਜਵੇਂ ਲੜ ਨੂੰ ਬੈਕ ਤੋਂ ਮਿੰਚ ਕਰਕੇ ਪਿੰਡ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇੱਕ ਵਾਰ ਇਸ ਲੜ ਜਿਹੜਾ ਆਪਾਂ ਨੇ ਖਿੱਚ ਕੇ ਉੱਤੋਂ ਜਿਹੜਾ ਗਰ ਚੰਗੀ ਤਰ੍ਹਾਂ ਆਪਾਂ ਨੇ ਬੈਕ ਤੱਕ ਜਿਹੜਾ ਇਸ ਲੜ ਨੂੰ ਫੋਲਡ ਕਰਕੇ ਇਸ ਲੜ ਨੂੰ ਵੀ ਨੱਕ ਦੀ ਸੇਧ ਦੇ ਵਿੱਚ ਗਰ ਜਿਹੜਾ ਫੋਲਡ ਕਰਕੇ ਹਲਕਾ ਇਸ ਲੜ ਨੂੰ ਖਿੱਚ ਕੇ ਫਿਰ ਤੋਂ ਜਿਹੜਾ ਗਰ ਆਪਾਂ ਨੇ ਇਸ ਲੜ ਨੂੰ ਫੋਲਡ ਕਰ ਦੇਣਾ। ਹੁਣ ਇਸ ਲੜ ਨੂੰ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ਼ ਕਰਕੇ ਆਪਾਂ ਨੇ ਇਸ ਲੜ ਨੂੰ ਜਿਹੜਾ ਲਗਾਉਣਾ। ਇਸ ਲੜ ਦੇ ਵਿੱਚ ਜਿਹੜਾ ਆਪਾਂ ਨੇ ਬਾਜ ਫੇਰ ਕੇ ਹੁਣ ਇਸ ਲੜ ਦੀ ਸਫਾਈ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ। ਆਪਾਂ ਨੇ ਬੈਕ ਤੱਕ ਜਿਹੜਾ ਇਸ ਲੜ ਨੂੰ ਜਿਹੜਾ ਆਪਾਂ ਲਗਾ ਦੇਣਾ।
ਜਿਹੜੇ ਉਤਲੇ ਪੇਚ ਹੋਣਗੇ ਉਹਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ, ਉਤਲੇ ਪੇਚ ਨੇ ਉਹ ਵੀ ਜਿਹੜੇ ਆਪਾਂ ਨੇ ਸੈੱਟ ਕਰ ਲੈਣੇ ਹਨ। ਸਾਰੇ ਲੜਾਂ ਦੇ ਵਿੱਚ ਬਾਜ ਫੇਰ ਕੇ ਬੈਕ ਤੱਕ ਆਪਾਂ ਉਹਨਾਂ ਲੜਾਂ ਦੀ ਸਫਾਈ ਆ ਆਪਾਂ ਨੇ ਕਰ ਲੈਣੀ। ਜਿਹੜਾ ਕਿ ਆਪਾਂ ਨੇ ਪੱਗ ਪੈ ਲਗਾਉਣਾ, ਪੱਗ ਪੈ ਨੂੰ ਨੱਕ ਦੀ ਸੇਧ ਦੇ ਵਿੱਚ ਲਗਾ ਕੇ ਜਿੱਥੋਂ ਆਪਣਾ ਜਿਹੜਾ ਪੰਜਵਾਂ ਲੜ ਸੀਗਾ ਮੋੜਿਆ ਸੀਗਾ ਉੱਥੋਂ ਇਸ ਲੜ ਨੂੰ ਜਿਹੜਾ ਉੱਥੇ ਜਿਹੜਾ ਆਪਾਂ ਨੇ ਉਸਦੇ ਉੱਤੇ ਜਿਹੜਾ ਪੱਗ ਪੈ ਲਗਾ ਦੇਣਾ। ਪੱਗ ਪੈ ਨੱਕ ਦੀ ਸੇਧ ਦੇ ਵਿੱਚ ਲਗਾਉਣ ਤੋਂ ਬਾਅਦ ਪੂਣੀ ਨੂੰ ਸਿਰਕਾ ਅੱਗੇ ਲੜਦੀ ਜਿਹੜੀ ਪੂਣੀ ਉਸ ਨੂੰ ਖੋਲ੍ਹ ਕੇ ਉਤਲਾ ਪੱਲਾ ਜਿਹੜਾ ਥੱਲੇ ਨੂੰ ਫੋਲਡ ਕਰਕੇ ਅਤੇ ਥੱਲੇ ਪੱਲੇ ਨੂੰ ਉੱਤੇ ਨੂੰ ਜਿਹੜਾ ਫੋਲਡ ਕਰਕੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਖੋਲ੍ਹ ਕੇ ਆਪਾਂ ਨੇ ਜਿਹੜਾ ਹੁਣ ਸਾਫ ਆਪਾਂ ਨੇ ਕਰ ਲੈਣਾ। ਜਿਹੜੇ ਦੇ ਬਲ ਹੋਣਗੇ ਆਪਾਂ ਨੇ ਜਿਹੜੇ ਅੰਦਰ ਨੂੰ ਜਿਹੜੇ ਫੋਲਡ ਨੇ ਜਾ ਕਰ ਦੇਣੇ ਹਨ। ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਇਸ ਲੜ ਨੂੰ ਸਾਫ ਕਰਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਲਗਾਉਣਾ। ਹਲਕਾ ਚੱਕਣ ਤੋਂ ਬਾਅਦ ਜਿਹੜੇ ਬਲ ਹੋਣਗੇ ਆਪਾਂ ਨੇ ਅੰਦਰ ਜਿਹੜੇ ਕਰ ਲੈਣੇ ਹਨ। ਫਿਗਰ ਜਿਹੜਾ ਫਿਰ ਤੋਂ ਚੱਕਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਬੈਗ ਤੱਕ ਜਿਹੜਾ ਆਪਾਂ ਨੇ ਇਸ ਲੜ ਨੂੰ ਸਾਫ ਆਪਾਂ ਨੇ ਕਰ ਲੈਣਾ। ਅਤੇ ਜਿਹੜੇ ਉੱਤੇ ਬਲ ਹੋਣਗੇ ਉਹ ਵੀ ਆਪਾਂ ਨੇ ਜਿਹੜੀ ਬਾਤ ਦੀ ਮਦਦ ਨਾਲ ਜਿਹੜੇ ਕੱਢ ਦੇਣੇ ਹਨ। ਚੰਗੀ ਤਰ੍ਹਾਂ ਆਪਾਂ ਆਵਾਜ਼ ਫੇਰ ਕੇ ਜਿਹੜੇ ਬੈਗ ਤੱਕ ਪ੍ਰੋਪਰ ਜਿਹੜੇ ਆਪਣੇ ਬਲ ਹੋਣਗੇ ਆਪਾਂ ਨੇ ਕੱਢ ਦੇਣੇ ਹਨ। ਉਦੋਂ ਬਾਅਦ ਜਿਹੜਾ ਆਪਾਂ ਨੇ ਜਿਹੜਾ ਪੱਗ ਪੈਨ ਲਗਾਇਆ ਸੀ ਉਸਦੇ ਲੜ ਨੂੰ ਥੱਲੇ 'ਚ ਲਿਆ, ਪੱਗ ਪੈਨ ਦੇ ਲੜ ਨੂੰ ਥੱਲੇ 'ਚ ਲਿਆ ਕੇ ਆਪਾਂ ਜਿਹੜਾ ਉਸ ਲੜ ਨੂੰ ਸੱਜੇ ਪਾਸੇ ਵੱਲ ਘੁਮਾ ਕੇ ਹਲਕਾ ਜਿਹੜਾ ਉਸ ਲੜ ਨੂੰ ਜਿਵੇਂ ਥੋੜ੍ਹਾ ਜਿਹਾ ਖੋਲ੍ਹ ਕੇ ਆਪਾਂ ਨੇ ਜਿਹੜਾ ਲਗਾ ਦੇਣਾ। ਉਸ ਲੜ ਨੂੰ ਜਿਹੜਾ ਆਪਾਂ ਨੇ ਸ਼ੇਪ ਦੇ ਕੋਲ ਚੰਗੀ ਤਰ੍ਹਾਂ ਦੱਬ ਦੇਣਾ। ਜੇਕਰ ਤੁਹਾਡਾ ਲੜ ਤੋਂ ਢਿੱਲਾ ਰਹਿ ਜਾਂਦਾ ਹੈ ਤੁਸੀਂ ਉਸਦੇ ਉੱਤੇ ਜਿਹੜੇ ਪੱਗ ਪੈਨ ਲਗਾ ਸਕਦੇ ਹੋ, ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉਹ ਢਿੱਲਾ ਨਹੀਂ ਰਹੇਗਾ। ਜਿਹੜਾ ਆਪਣਾ ਕਾਲੀ ਲੜਾ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਜਿਹੜਾ ਹੁਣ ਆਪਾਂ ਸੈੱਟ ਆਊਟ ਕਰ ਲੈਣਾ। ਆਪਾਂ ਚੰਗੀ ਤਰ੍ਹਾਂ ਜਿਹੜੀ ਪੱਗਾਂ ਸੈੱਟ ਕਿਹੜੀ ਕਰ ਲੈਣੀ ਹੈ। ਹੁਣ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਦੀ ਜਿਹੜੀ ਸਫਾਈ ਆ ਆਪਾਂ ਨੇ ਪ੍ਰੋਪਰ ਜਿਹੜੀ ਕਰ ਲੈਣੀ ਹੈ। ਬੈਗ ਤੱਕ ਆਪਾਂ ਸਾਰੇ ਲੜਾਂ ਦੇ ਵਿੱਚ ਐਨ ਪ੍ਰੋਪਰ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਦੀ ਜਿਹੜੀ ਸਫਾਈ ਆ ਆਪਾਂ ਨੇ ਕਰਨੀ ਹੈ। ਜਿਹੜੀ ਆਪਣੀ ਸ਼ੇਪ ਹੋਊਗੀ ਉਹ ਵੀ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਆ ਉਹ ਕਰ ਲੈਣੀ। ਉੱਪਰ ਲੜਾਂ 'ਚ ਬਾਜ ਫੇਰ ਲਾ, ਉਤਲੇ ਪੇਚਾਂ ਦੇ ਬਾਜ ਉਤਲੇ ਪੇਚਾਂ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਜ ਫੇਰ ਕੇ ਉਤਲੇ ਪੇਚਾਂ ਦੀ ਸਫਾਈ ਆ ਆਪਾਂ ਨੇ ਕਰ ਲੈਣੀ ਹੈ। ਉਤਲੇ ਪੇਚਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ, ਕਿਸੇ ਲੜ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਵੱਧ ਘੱਟ ਨਹੀਂ ਰੱਖਣਾ। ਜਿਹੜੇ ਉਤਲੇ ਪੇਚ ਹੋਣਗੇ ਉਹਨਾਂ ਦੀ ਜਿਹੜੀ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ। ਜਿਹੜਾ ਕਲਗੀ ਲੜ ਦੇ ਵਿੱਚ ਹੁਣ ਆਪਣੇ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਆਪਾਂ ਨੇ ਕੱਢ ਦੇਣੇ ਹਨ। ਜਿਹੜਾ ਕਿ ਹੁਣ ਆਪਾਂ ਨੇ ਸਿਰ ਢਕਣਾ, ਜਿਹੜਾ ਆਪਾਂ ਨੇ ਸਿਰ ਦੇ ਸੈਂਟਰ 'ਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਉਸ ਜਿਹੜਾ ਪੱਲਾ ਹੋਊਗਾ ਆਪਾਂ ਨੇ ਡਬਲ ਪੱਲਾ ਕਰਕੇ ਆਪਾਂ ਨੇ ਲੜਾਂ ਦੇ ਥੱਲੇ ਜਿਹੜਾ ਚੰਗੀ ਤਰ੍ਹਾਂ ਜਿਹੜਾ ਕੱਪੜਾ ਉਹ ਆਪਾਂ ਨੇ ਦੱਬ ਦੇਣਾ। ਚੰਗੀ ਤਰ੍ਹਾਂ ਆਪਾਂ ਨੇ ਉਂਗਲਾਂ ਦੇ ਨਾਲ ਜਿਹੜਾ ਕੱਪੜਾ ਦੱਬਣ ਤੋਂ ਬਾਅਦ ਆਪਾਂ ਜਿਹੜਾ ਤੁਸੀਂ ਨੇ ਬਾਜ ਫੇਰ ਕੇ ਉਸਨੂੰ ਜਿਹੜਾ ਚੰਗੀ ਤਰ੍ਹਾਂ ਆਪਾਂ ਟਾਇਟ ਆ ਉਹ ਕਰ ਲੈਣਾ। ਅਤੇ ਜਿਹੜਾ ਤੁਹਾਡਾ ਮੂੰਹ ਵਾਲਾ ਲੜ ਸੀ ਉਸਨੂੰ ਖਿੱਚ ਕੇ ਉਸਨੂੰ ਇੱਕ ਵਾਰ ਫਿਰ ਤੋਂ ਜਿਹੜਾ ਆਪਣੇ ਚੰਗੀ ਤਰ੍ਹਾਂ ਢੱਕ ਦੇਣਾ। ਹੁਣ
ਆਪਾਂ ਨੇ ਜਿੰਨੀ ਪੱਗ ਜਿਹੜੀ ਸੈਟਿੰਗ ਰਹਿ ਗਈ ਉਹ ਵੀ ਆਪਾਂ ਨੇ ਉਹਨੂੰ ਕਰ ਲੈਣੀ ਹੈ। ਜਿਹੜਾ ਤੁਹਾਡਾ ਪਿਛਲਾ ਲੜ ਹੋਊਗਾ ਉਸਨੂੰ ਇੱਕ ਗਰ ਖਿੱਚ ਕੇ ਲਾਲ ਲੜ ਹੋਵੇ, ਜਿਹੜਾ ਪਿਛਲੇ ਲੜ ਲਗਾਉਣਾ ਉਹਨਾਂ ਨੂੰ ਉਹਨੂੰ ਉਸ ਲੜ ਨੂੰ ਆਪਾਂ ਨੇ ਜਿਹੜਾ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਉਸ ਲੜ ਨੂੰ ਆਪਾਂ ਨੇ ਜਿਹੜਾ ਚੰਗੀ ਤਰ੍ਹਾਂ ਬੈਕ 'ਤੇ ਜਿਹੜਾ ਦੱਬ ਦੇਣਾ। ਜਿਹੜੀ ਪੱਗ ਦੀ ਆਪਣੀ ਸੈਟਿੰਗ ਆ ਆਪਾਂ ਨੇ ਹੁਣ ਜਿਹੜੀ ਚੰਗੀ ਤਰ੍ਹਾਂ ਕਰ ਲੈਣੀ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।